ਹਾਂਜੀ ਕਿੱਦਾਂ ਮਿੱਤਰੋ, ਕੀ ਹਾਲ ਚਾਲ ਨੇ? ਹੁਣ ਆਪਾਂ ਪਹੁੰਚ ਗਏ ਜੀ ਦਿੱਲੀ ਏਅਰਪੋਰਟ 'ਤੇ, ਅਤੇ ਇੱਥੋਂ ਚੱਲਦੇ ਅੰਦਰ ਨੂੰ ਅਗਲੀ ਫਲਾਈਟ ਲਈ ਦਿੱਲੀ ਤੋਂ ਟੋਰਾਂਟੋ। ਅਖੀਰ ਤੱਕ ਜੁੜੇ ਰਹੋ ਜੋਧਗਲ ਬਲੌਗਸ ਨਾਲ, ਅਤੇ ਤੁਹਾਨੂੰ ਦਿਖਾਉਂਦੇ ਆ ਬਾਹਰੋਂ ਅਤੇ ਜਹਾਜ਼ ਦੇ ਅੰਦਰ ਦਾ ਦ੍ਰਿਸ਼। ਅੰਮ੍ਰਿਤਸਰ ਤੋਂ ਦਿੱਲੀ ਆਪਾਂ ਡੋਮੈਸਟਿਕ ਏਅਰਲਾਈਨ ਰਾਹੀਂ ਪਹੁੰਚ ਚੁੱਕੇ ਹਾਂ, ਅਤੇ ਇੱਥੋਂ ਆਪਾਂ ਆਪਣੇ ਬੈਗਸ ਲੈਣੇ ਆ, ਅਤੇ ਫਿਰ ਆਪਾਂ ਚੱਲਦੇ ਹਾਂ ਅੱਗੇ ਨੂੰ। ਲਓ ਜੀ ਆਪਣੇ ਬੈਗ ਆ ਗਏ ਨੇ, ਅਤੇ ਹੁਣ ਚੱਲਦੇ ਹਾਂ ਅਗਲੀ ਉਡਾਨ ਲਈ। ਇੱਥੋਂ ਆਪਣੇ ਸਮਾਨ ਸਕੈਨ ਹੋਣ ਲਈ ਜਾਣਗੇ, ਅਤੇ ਉਦੋਂ ਬਾਅਦ 'ਚ ਆਪਾਂ ਅੱਗੇ ਜਾਵਾਂਗੇ। ਅਗਲੀ ਉਡਾਨ ਕੀ ਜਾਣਕਾਰੀ ਕੇ ਲੀਏ ਹਮ ਪਹੁੰਚ ਗਏ ਹੈਂ ਸਕਰੀਨ ਕੇ ਸਾਹਮਣੇ। ਹੁਣ ਇੱਥੋਂ ਦਿੱਲੀ ਤੋਂ ਅਗਲੀ ਫਲਾਈਟ 10:50 'ਤੇ ਏਅਰ ਕੈਨੇਡਾ AC-043 ਟੋਰਾਂਟੋ 19 ਨੰਬਰ 'ਤੇ ਹੈ ਜੀ। ਦਿੱਲੀ ਸਟੇਅ ਜ਼ਿਆਦਾ ਹੋਣ ਕਰਕੇ ਉਹਨਾਂ ਟਾਈਮ ਆਪਾਂ ਆਲੇ ਦੁਆਲੇ ਘੁੰਮਦੇ ਹਾਂ ਜੀ, ਅਤੇ ਤੁਹਾਨੂੰ ਦਿਖਾਉਂਦੇ ਹਾਂ, ਅਤੇ ਉਹਨਾਂ ਟਾਈਮ ਪੇਜ ਨਾਲ ਜੁੜੇ ਰਹੋ। ਇਹ ਜੋ ਤੁਸੀਂ ਦੇਖ ਰਹੇ ਹੋ ਸੱਜੇ ਹੱਥ ਗੇਟ ਨੰਬਰ 19, ਇਹ ਦਿੱਲੀ ਤੋਂ ਟੋਰਾਂਟੋ ਨੂੰ ਜਾਣ ਵਾਲੇ ਜਹਾਜ਼ ਵੱਲ ਜਾਣ ਦਾ ਰਸਤਾ ਹੈ ਜੀ। ਉਹ ਜੀ ਕਰਨ ਲੱਗੇ ਹਾਂ ਪਲੇਨ 'ਚ ਐਂਟਰੀ। ਲਓ ਜੀ ਪਹੁੰਚ ਗਏ ਆਪਾਂ ਆਪਣੀ ਸੀਟ 'ਤੇ, ਅਤੇ ਪਲੇਨ ਕੁਝ ਮਿੰਟਾਂ ਤੱਕ ਭਰੂਗਾ ਉਡਾਨ। ਪਲੇਨ ਉਡਾਰੀ ਭਰ ਚੁੱਕਿਆ ਹੈ, ਅਤੇ ਦਿੱਲੀ ਤੋਂ ਲੁਧਿਆਣੇ ਤੋਂ ਦੀ ਹੁੰਦਾ ਹੋਇਆ ਜਾਊਗਾ ਇਸਲਾਮਾਬਾਦ ਸਾਈਡ ਤੋਂ ਦੀ। ਪਲੇਨ ਤੇਜ਼ ਰਫਤਾਰ ਨਾਲ ਤਾਂ ਨੂੰ ਜਾਂਦਾ ਹੋਇਆ। ਲਓ ਜੀ ਮੀਲ ਵੀ ਆ ਚੁੱਕੀ ਹੈ। ਜੇ ਜੂਸ ਵਗੈਰਾ ਕੁਛ ਹੋਰ ਖਾਣ ਪੀਣ ਨੂੰ ਦਿਲ ਕਰਦਾ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ। ਜੇ ਉਹ ਤੁਹਾਨੂੰ ਕੁਛ ਥੋੜ੍ਹਾ ਦੇ ਗਏ ਨੇ ਅਤੇ ਤੁਹਾਡਾ ਹੋਰ ਖਾਣ ਨੂੰ ਦਿਲ ਕਰਦਾ ਹੈ ਤਾਂ ਤੁਸੀਂ ਉੱਠ ਕੇ ਉਹਨਾਂ ਦੇ ਕਿਚਨ 'ਚ ਜਾ ਕੇ ਉਹਨਾਂ ਤੋਂ ਮੰਗ ਸਕਦੇ ਹੋ। ਆਪਾਂ ਨੂੰ ਦੇਖ ਗਏ ਨੇ ਜੀ ਚਿਕਨ ਸੈਲਡ, ਬ੍ਰੈਡ, ਇੱਕ ਨਿੱਕੇ ਜਿਹੇ ਮਸਾਲੇਦਾਰ ਭੁੱਜੇ ਹੋਏ ਚਨੇ। ਉੱਠ ਕੇ ਜੋ ਦੇਖਿਆ ਤਾਂ ਦ੍ਰਿਸ਼ ਦੇਖਣ ਯੋਗ ਹੈ। ਦੇਖੋ ਜੀ, ਕੋਈ ਟੋਮ ਐਂਡ ਜੈਰੀ ਦੇਖ ਲਿਆ, ਕੋਈ ਮਿਕੀ ਮਾਊਸ, ਕੋਈ ਫਿਲਮਾਂ ਦੇਖੀ ਜਾਂਦਾ, ਕੋਈ ਐਮੀ ਵਰਕ ਦੇਖ ਰਿਹਾ। ਟਾਈਮ ਸਪੈਂਡ ਕਰਨ ਦਾ ਇੱਕ ਵਧੀਆ ਤਰੀਕਾ ਹੈ, ਜਿਸ ਨਾਲ ਸਾਰਿਆਂ ਦਾ ਟਾਈਮ ਲੰਘ ਜਾਂਦਾ ਹੈ ਵਧੀਆ ਸੌਖੇ ਤਰੀਕੇ ਨਾਲ, ਅਤੇ ਜੇ ਨਹੀਂ ਲੰਘਦਾ ਤਾਂ ਸੌਂ ਜਾਓ। ਲਓ ਜੀ ਆ ਗਏ ਆਪਾਂ ਕਿਚਨ 'ਚ, ਸਾਲਾਂ ਦੀ ਬੱਗੀ। ਇਹਦੇ ਵਿੱਚ ਸੈਂਡਵਿਚ ਪਏ ਨੇ, ਵਾਟਰ ਬੋਟਲ, ਚੋਕਲੇਟਸ, ਕੁਕੀ, ਜੂਸ, ਹੋਰ ਵੀ ਕਾਫੀ ਕੁਛ। ਆਪਾਂ ਨੂੰ ਜੋ ਜੋ ਚਾਹੀਦਾ ਆਪਾਂ ਉਹ ਲੈ ਕੇ ਚੱਲਦੇ ਹਾਂ ਜੀ। ਇਹ ਰੋਸਟਰ ਬੱਗੀ ਲੈ ਕੇ ਫੇਰ ਆ ਗਏ ਹਾਂ, ਔਰ ਚਾਹ ਲੈ ਕੇ ਆ ਗਏ। ਚਾਹ ਕੌਫੀ ਪੀਣਾ ਜੋ ਵੀ ਉਹ ਤੁਹਾਡੀ ਮਰਜ਼ੀ ਹੈ। ਲਓ ਆਪਾਂ ਫਿਰ ਕੌਫੀ ਪੀਂਦੇ ਹਾਂ, ਕੌਫੀ ਪੀ ਕੇ ਹੋਣੇ ਹਾਂ ਕੈਮ 'ਤੇ ਚੱਲਦੇ ਹਾਂ। ਟੋਰਾਂਟੋ ਏਅਰਪੋਰਟ 'ਤੇ ਪਹੁੰਚ ਗਏ ਜੀ, ਟੋਰਾਂਟੋ ਏਅਰਪੋਰਟ 'ਤੇ, ਅਤੇ ਇੱਥੋਂ ਆਪਾਂ ਉੱਪਰ ਨੂੰ ਚੱਲਦੇ ਹਾਂ ਜੀ ਇਮੀਗ੍ਰੇਸ਼ਨ ਵਾਲੀ ਸਾਈਡ। ਇੱਥੇ ਆਪਣੀ 2 ਘੰਟੇ ਦੀ ਸਟੇਅ ਹੈ ਜੀ। ਲਓ ਜੀ ਆਪਾਂ ਅੰਦਰ ਆ ਗਏ ਹਾਂ, ਅਤੇ ਇੱਥੇ ਆਪਣੀ ਇਸ ਮਸ਼ੀਨਾਂ ਨਾਲ ਫੋਟੋ ਖਿੱਚੀ ਜਾਊਗੀ, ਅਤੇ ID ਮਿਲੂਗੀ, ਅਤੇ ਉਹ ID ਆਪਾਂ ਦਿਖਾ ਕੇ ਅੱਗੇ ਇਮੀਗ੍ਰੇਸ਼ਨ ਦੇ ਅਫਸਰ ਇਹਨਾਂ ਦੇ ਥਰੂ ਲੰਘਣਾ ਹੈ। 2 ਘੰਟੇ ਦੀ ਸਟੇਅ ਹੋਣ ਦੇ ਬਾਵਜੂਦ ਵੀ ਸਾਨੂੰ 5 ਮਿੰਟ ਦੀ ਸਟੇਅ ਨਹੀਂ ਮਿਲੀ, ਅਤੇ ਛੇਤੀ ਤੋਂ ਛੇਤੀ ਜਾ ਕੇ ਲਾਈਨ 'ਚ ਜਾਣਾ ਪਿਆ। ਚਲੋ ਜੀ ਸਭ ਕੁਛ ਵਧੀਆ ਹੋ ਗਿਆ, ਅਤੇ ਹੁਣ ਆਪਾਂ ਚੱਲਦੇ ਹਾਂ ਜੀ ਪਲੇਨ ਵੱਲ ਨੂੰ।